ਸੋ ਹੇ ਗਾਇਜ਼, ਵੈਲਕਮ ਬੈਕ ਟੂ ਮਾਈ ਚੈਨਲ। ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ। ਹਾਂਜੀ ਹਾਂਜੀ ਮੇਰੇ ਸੱਜਣ ਪਿਆਰੋ, ਮੈਂ ਵੀ ਇੱਕਦਮ ਵਧੀਆ ਤੁਹਾਡੇ ਪਿਆਰ ਅਤੇ ਤੁਹਾਡੀ ਦੁਆ ਦੇ ਨਾਲ। ਸੋ ਮੇਰੇ ਸੱਜਣ ਪਿਆਰੋ, ਚੜ੍ਹਦੀ ਗਰਮੀ ਦੇ ਨਾਲ ਹੈਪੀ ਗਰਮੀ, ਬਹੁਤ ਜ਼ਿਆਦਾ ਗਰਮੀ ਹੈ ਯਾਰ। ਸਭ ਤੋਂ ਪਹਿਲਾਂ ਤਾਂ ਆਪਾਂ ਲਾਈਟ ਬੰਦ ਕਰੀਏ। ਤਾਂ ਯਾਰ ਕਿਹੜਾ ਕਿਹੜਾ ਤਾਂ ਸ਼ਹਿਰਾਂ ਦੇ ਵਿੱਚ ਇਸ ਟਾਈਮ ਧੁੱਪ ਪੈਂਦੀ ਵੀ ਇੰਨੀ ਕੜਾਕੇਦਾਰ, ਬਹੁਤ ਜ਼ਿਆਦਾ ਗਰਮੀ ਹੈ ਫਿਲਹਾਲ। ਡੈਡੀ ਸਾਡਾ ਉੱਧਰ ਹੈ, ਚੋਚੋ ਸਾਡੀ ਇੱਧਰ ਖੁੱਲ੍ਹੀ ਹੋਈ ਹੈ। ਹੈਲੋ ਭਈਆ, ਗੁੱਡ ਮਾਰਨਿੰਗ। ਫਿਲਹਾਲ ਮੈਂ ਤਾਂ ਹੁਣ ਉੱਠਿਆ ਤੇ ਮੈਨੂੰ ਲੋੜ ਅੰਸ਼ੂ ਦੀ ਆਵਾਜ਼ ਆ ਰਹੀ ਆ। ਚਲੋ ਚਲੀਏ ਅੰਦਰ। ਫਿਲਹਾਲ ਆਇਆ ਮੈਂ ਤੁਹਾਨੂੰ ਦੋਵੇਂ ਕੁੱਤੇ ਤਾਂ ਦਿਖਾਏ ਕਿ ਕਮੈਂਟ ਜਿਹਨੇ ਕੀਤਾ ਸੀ ਉਹਨੂੰ ਯਾਦ ਰੱਖੇ ਸਾਡੇ ਕੁੱਤੇ ਖੁੱਲਦੇ ਵੀ ਹੈਗੇ। ਲੋੜ ਅੰਸ਼ੂ ਦਾ ਵਲੌਗ ਬਣ ਰਿਹਾ ਯਾਰ, ਫੇਮ ਲੈਣ ਆ ਗਏ ਯਾਰ। ਨਹੀਂ ਮੈਂ ਤੇਰੇ ਕੋ ਫੇਮ ਲੈਣਾ? ਨਹੀਂ ਭਾਈ, ਮੇਰੇ ਕੋ ਲੈਣਾ। ਉਹ ਬਸ ਕਰਿਆ ਪਲੀਜ਼ ਯਾਰ। ਮੁਕੇਸ਼ ਭਾਈ ਕੀ ਹਾਲ ਹੈ? ਮੁਕੇਸ਼ ਭਾਈ ਮੇਰਾ, ਮੁਕੇਸ਼ ਭਾਈ ਤੁਸੀਂ ਮੇਰਾ ਬੋਲੋ। ਮੁਕੇਸ਼ ਭਾਈ ਕੀ ਹਾਲ ਹੈ ਭਾਈ? ਮੁਕੇਸ਼ ਭਾਈ ਦੀ ਪਬਲਿਸਿਟੀ ਗਾਇਜ਼, ਮੁਕੇਸ਼ ਭਾਈ ਦੀ ਪਬਲਿਸਿਟੀ। ਮੁਕੇਸ਼ ਭਾਈ ਉਹ ਬਸ ਕਰ, ਚੱਲ ਜਾਓ ਯਾਰ। ਮੈਂ ਤੇ ਅੱਲਾ ਤੱਲਾ ਦਾ ਸ਼ੁਕਰ ਕਰਦਾ ਕਿ ਸ਼ੁਕਰ ਆ ਕਿ ਅੰਸ਼ੂ ਵੀ ਵਲੌਗ ਬਣਾਉਣ ਲੱਗ ਪਿਆ। ਗਾਇਜ਼ ਇੱਧਰ ਸਾਫ ਸਫਾਈ ਚਲਦੀ ਪਈ ਹੈ, ਰੂਪਾ ਜੀ ਆਏ ਹੋਏ ਨੇ ਸਿਰ ਸਿਰੇ, ਉਹ ਬਾਥਰੂਮ ਦੇ ਵਿੱਚ ਨੇ। ਮੰਮੀ ਇੱਥੇ ਗੁੜੀਆ ਦਾ ਧਿਆਨ ਰੱਖਣ ਦੇ। ਗੁੱਡ ਮਾਰਨਿੰਗ। ਚਲੋ ਲੱਡੂ ਛੱਡ ਕੇ ਆਈਏ। ਹੈ ਲੱਡੂ ਛੱਡ ਕੇ ਆਈਏ? ਲੱਡੂ ਛੱਡਣ ਜਾਣਾ? ਉਹਦੇ ਪਾਪਾ ਚ ਘਰ ਰਹਿਣ ਸੰਡੇ। ਓਕੇ ਠੀਕ ਹੈ। ਨਹੀਂ ਮੰਮੀ ਤਬੀਅਤ ਖਰਾਬ ਹੈ। ਕੀ ਲੈ ਕੇ ਜਾਵਾਂ? ਰੋਟੀ ਨਾਲ ਲੈ ਕੇ ਜਾਈ, ਪੈਕ ਕਰਵਾਤੀ ਹੈ ਮੈਂ। ਅੱਜ ਪੈਕ ਕਰਵਾਤੀ? ਠੀਕ ਹੈ ਜੀ। ਇਹ ਦੂਦ ਔਰ ਭਰ ਉਹਦੇ ਬਾਲ ਕਿਤੇ ਤੇਲ ਲੱਤਾ? ਤੇਲ ਇਹ ਬਣਾਵੇ ਹੀ ਨਹੀਂ ਦੇ ਸੈਂਡਲ ਪਾ। ਨਹੀਂ ਠੀਕ ਹੈ, ਰਹਿੰਦੇ ਕੁੱਤਨਾ ਘਰ ਖੁੱਲੇ ਰਹਿੰਦੇ ਵਾਲੇ ਲੱਡੂ ਸੈਂਡਲ ਪਾਈ, ਬਲੈਕ ਕਲਰ ਦੇ ਸੈਂਡਲ ਪਾਏ ਪਵਾ ਦਿੰਦਾ। ਬਲੈਕ ਵਾਲੇ ਸੈਂਡਲ ਕਹਾਂ ਰੱਖੇ ਇਸਕੇ? ਲਾਣਾ ਮੇਰਾ ਬੱਚਾ ਦੇਖੋ। ਤਾਂ ਇੱਥੇ ਹੁਣ ਬਜਲੀ ਅੰਦਰ। ਗੁੱਡ ਮਾਰਨਿੰਗ। ਰਾਧੇ ਰਾਧੇ। ਇਸ ਟਾਈਮ ਸੋਨਾ ਨੇ ਲੱਡੂ ਜੀ ਨੂੰ ਉਠਾਤਾ ਹੋਇਆ ਵਾ ਤੇ ਹੁਣ ਉਹਨਾਂ ਦਾ ਇਸ਼ਨਾਨ ਵਗੈਰਾ ਕਰਾ ਕੇ ਉਹਨਾਂ ਨੂੰ ਉਹਨਾਂ ਦੀ ਗੱਦੀ ਤੇ ਬਿਠਾਉਣ ਲੱਗੀ। ਰਾਧੇ ਰਾਧੇ ਕਰੀਏ ਜੀ, ਹਮ ਆਤੇ ਹੈਂ। ਸੋ ਗਾਇਜ਼, ਉੱਤੇ ਮੈਂ ਵੀ ਨੋਰਮਲ ਜੀ ਕੋਈ ਟੀ ਸ਼ਰਟ ਵੇਅਰ ਕਰ ਲਾਂ। ਮੈਂ ਚੱਲਾਂ ਲੱਡੂ ਨੂੰ ਡ੍ਰੌਪ ਕਰਨ, ਕਿਉਂਕਿ ਲੱਡੂ ਨੂੰ ਡ੍ਰੌਪ ਕਰਨਾ ਸਾਡਾ ਫਰਜ਼ ਹੈ ਮੇਰੇ ਸੱਜਣ ਵੀਰੋ। ਤੇ ਕਾਫੀ ਲੋਕਾਂ ਨੇ ਇਹ ਨੋਟਿਸ ਕੀਤਾ ਕਿ ਇਹ ਨਜ਼ਰ ਲਈ ਹੈਗਾ ਵਾ, ਮੈਨੂੰ ਨਜ਼ਰ ਲੱਗ ਜਾਂਦੀ ਹੈ ਜਲਦੀ, ਇਸ ਕਰਕੇ ਬਣਵਾਇਆ ਵਾ। ਤੇ ਬਾਕੀ ਹੁਣ ਪਹਿਲਾਂ ਚਾਦਰ ਸੈੱਟ ਕਰ ਦਈਏ। ਯਾਰ ਮੈਂ ਚਾਦਰ ਸੈੱਟ ਕਰਦਾ ਪਿਆ ਸੀ ਬ੍ਰੋ, ਇੱਕ ਮਿੰਟ ਲਾ ਵੇ। ਗਾਇਜ਼ ਬਲਾ ਦਰਵਾਜ਼ਾ ਵਗੈਰਾ ਬੰਦ ਕਰ ਦਈਏ। ਹਾਂ ਵੋਮਿਟਿੰਗ ਵਾਲੀ ਵੋਹੀ ਲੈ ਕੇ ਆਣਾ, ਔਰ ਉਸਕੇ ਇਹ ਨਹੀਂ ਉਧਰ ਪੜੀ ਹੈ, ਔਰ ਉਸਕੇ ਨਾਕ ਮੇਂ ਡਾਲਨੇ ਵਾਲੇ ਡ੍ਰੌਪ। ਠੀਕ ਹੈ ਯਾਰ, ਸੇ ਜਾ ਉਹ ਵੀ ਆ ਗਏ। ਆ ਜਾ ਮਾਂ ਬਾਪ। ਰੋਂਦਾ ਕਾ ਤੂੰ ਪਿਆ? ਕਹਿੰਦਾ ਤੁਹਾਡੇ ਕੋਲ ਹੀ ਬੈਣਾ। ਲੱਡੂ ਵੇ ਚੁੱਪ ਕਰ ਜਾ ਵੇ ਬੋਤ, ਚੁੱਪ ਕਰ ਜਾ। ਗਾਇਜ਼ ਜਿੱਦਾਂ ਤੁਹਾਨੂੰ ਪਤਾ ਲੱਡੂ ਤੇ ਗੁੜੀਆ ਦੋਵੇਂ ਨਹੀਂ ਠੀਕ ਹੈਗੇ, ਤਾਂ ਕਰਕੇ ਉਹ ਵੀ ਵਿਚਾਰਾ ਇਰੀਟੇਟ ਹੋਇਆ ਪਿਆ। ਗੁੜੀਆ ਦਾ ਪਾਪਾ ਵੀ ਠੀਕ ਅੱਜ। ਕੀ ਹੋਇਆ? ਚੈਸਟ ਪੇਨ ਹੋ ਰਹੀ ਹੈ, ਖਾਂਸੀ ਕਰਦਾ। ਕੋਈ ਨਹੀਂ, ਦਵਾਈ ਲੈ ਦਵਾਂ। ਫਿਲਹਾਲ ਗਾਇਜ਼ ਹੁਣ ਆਪਾਂ ਫਟਾਫਟ ਲੱਡੂ ਨੂੰ ਡ੍ਰੌਪ ਕਰਨ ਚਲੀਏ ਤੇ ਗੁੜੀਆ ਦੀ ਲੈ ਕੇ ਆਈਏ ਦਵਾਈ। ਸੋ ਗਾਇਜ਼, ਨਾਨੀ ਮੰਮਾ ਦਾ ਘਰ ਆ ਚੁੱਕਾ ਵਾ ਤੇ ਅੰਸ਼ੂ ਹੁਣ ਲੱਡੂ ਨੂੰ ਡ੍ਰੌਪ ਕਰਨ ਲੱਗਾ ਵਾ। ਆਇਆ ਲੱਡੂ? ਬਾਏ ਲੱਡੂ। ਭਈਆ ਬਾਏ ਕੇ ਬਾਏ, ਭਈਆ ਬਾਏ ਕੇ ਗਰਮੀ ਬਹੁਤ ਜ਼ਿਆਦਾ ਵਾ, ਪਰ ਮੈਂ ਦਵਾਈ ਲੈ ਆਇਆ ਗੁੜੀਆ ਦੀ। ਇੱਕ ਨੇਜ਼ਲ ਡ੍ਰੌਪ ਸੀਗਾ ਤੇ ਕੇ ਵਾਲੀ ਦਵਾਈ ਸੀਗੀ, ਇਹ ਮੈਂ ਲੈ ਆਇਆ ਵਾ। ਇਹਨੂੰ ਰੱਖੀਏ ਆਪਾਂ ਇੱਥੇ, ਆਪਾਂ ਚੱਲੀਏ ਸਿੱਧਾ ਘਰ। ਹੋਰ ਕੋਈ ਕੰਮ ਤਾਂ ਨਹੀਂ ਹੈਗਾ? ਨਹੀਂ ਭਾਜੀ, ਆਪਾਂ ਘਰ 'ਚ ਕਮੈਂਟ ਪੜ੍ਹੀਆ ਸਾਰਿਆਂ ਦੇ। ਮੈਂ ਕਿਹਾ ਤਾੜ ਕਰਕੇ ਕਮੈਂਟ ਪੜ੍ਹਦੇ, ਤਾੜ ਕਰ ਕਮੈਂਟ ਪੜ੍ਹਦੇ ਹਾਂ, ਜਾਂ ਫਿਰ ਹੋਰ ਕੁਛ ਬਣਾਉਂਦੇ ਹਾਂ ਅੱਜ। ਫਨੀ ਫਨੀ ਬਣਾਉਂਦੇ ਹਾਂ ਕਿ ਕੁਛ ਤਾਂ ਬਣਾਉਂਦੇ ਹਾਂ। ਗਾਇਜ਼ ਮਿਲਦੇ ਆ ਤੁਹਾਨੂੰ ਸਿੱਧਾ ਘਰ ਜਾ ਕੇ ਆਪਣੇ ਆਈਡੀਆ ਦੇ ਨਾਲ। ਸੋ ਗਾਇਜ਼, ਸਾਡੇ ਨਾਲ ਵਿਸ਼ੂ ਵੀ ਜੋੜ ਚੁੱਕਿਆ, ਪਲੱਸ ਸਾਡੇ ਨਾਲ ਪੀਨਟ ਬਟਰ ਤੇ ਬ੍ਰੈਡ ਵੀ ਜੋੜ ਚੁੱਕੇ ਆ। ਨਾਲ ਉੱਥੇ ਓਟਸ ਆਪਾਂ ਰੁਕੇ ਸੀਗੇ ਰਸਤੇ ਦੇ ਵਿੱਚ ਤੇ ਕੁਛ ਕੁ ਸਮਾਨ ਲਿਆ ਸੀਗਾ ਖਾਣ ਪੀਣ ਲਈ, ਬਿਕੋਜ਼ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਅੰਸ਼ੂ ਹੈਗਾ ਸਾਡਾ ਡਾਈਟਿੰਗ ਤੇ ਗੁੜੀਆ ਦੀ ਦਵਾਈ ਦੇ ਕੱਕੇ ਫਟਾਫਟ।
ਹਾਂ ਚੱਪਲ ਉਤਾਰ ਕੇ ਆਊਂਗਾ ਯਾਰ, ਟੈਨਸ਼ਨ ਕਿਉਂ ਲੈ ਰਹੀ ਹੈ ਜਾਦੂ? ਹਾਂ ਤਾਂ ਮੁਕੇਸ਼ ਭਾਈ ਬ੍ਰੈਡ ਖਤਮ ਨਹੀਂ ਹੋਣੀ ਭਾਈ, ਟੈਨਸ਼ਨ ਨਾ ਲਵਾ ਲਓ, ਇੱਕ ਹੋਰ ਬ੍ਰੈਡ ਲਿਆਏ ਆ ਆਲੂ ਭਾਈ, ਪੀਨਟ ਬਟਰ ਵੀ ਲਿਆਏ ਆ ਭਾਈ, ਕੇਲੇ ਪਏ ਹੋਏ ਨਾ? ਕੇਲੇ ਪਏ ਹੋਣੇ? ਹਾਂਜੀ ਪਏ ਆ, ਪੀਨਟ ਬਟਰ ਲਾਈਓ ਬ੍ਰੈਡ ਦੇ ਉੱਤੇ, ਕੇਲਾ ਕੱਟ ਕੇ ਉਹਦੇ ਸਲਾਈਸਾਂ ਰੱਖ ਦਿਓ ਤੇ ਨਾਲ ਇੱਕ ਦੁੱਧ ਦਾ ਗਲਾਸ ਦੇ ਦਿਓ, ਠੀਕ ਆ ਭਾਈ? ਪੂਰਾ ਟੱਬਰ ਬੈਠਣ ਲੱਗਾ ਤੇ ਆਪਾਂ ਹੁਣ ਕਰੀਏ ਬ੍ਰੇਕਫਾਸਟ, ਕਿਉਂਕਿ ਜ਼ਬਾਨ ਹੋ ਚੁੱਕੀ ਹੈ ਕਿ ਚੈਨਲ ਬੰਦ ਹੋਣਗੇ ਅਗਰ ਵਿਊ ਨਾ ਆਇਆ, ਅਗਰ 25,000 ਵਿਊ ਨਾ ਆਇਆ, ਵਿਊ ਰੋਲਾ ਬਾਰ ਵਾਲੀ ਗੱਲ ਬਸ ਕਰ, ਚਾਰ ਚਾਰ ਆਰਡਰ ਖਾ ਜਾਂਦੀ, ਬਾਅਦ ਚ ਵੱਡੂ ਕਹਿੰਦੀ ਆਰਡਰ ਨੀ ਹੈ, ਵਾਹ ਤੇਰੇ ਗਾਈਸ, ਇਹਨਾਂ ਦੀ ਨੇ ਸਟ੍ਰੈਟਜੀ ਹਾਂ ਠੀਕ ਹੁੰਦੀ ਹੈ, ਨਾ ਚ ਕੋਈ ਉਹ ਕੈਮੀਕਲ ਵਗੈਰਾ ਹੁੰਦਾ, ਘਰ ਦੀ ਬਣੀ ਹੋਈ ਹੈ, ਮੁਕੇਸ਼ ਭਾਈ ਨੇ ਬਣਾਈ ਦੀ ਹੈ, ਕਿਆ ਬਾਤ ਹੈ ਮੁਕੇਸ਼ ਭਾਈ, ਤੁਹਾਨੂੰ ਕਿੰਨਾ ਕੁਛ ਆਉਂਦਾ ਯਾਰ, ਐਪਰੀਸ਼ੀਏਟ ਭਾਈ ਯਾਰ, ਲਵ ਯੂ ਭਾਈ, ਕੀ ਹੋਇਆ ਭਰਾਵਾ, ਮੈਂ ਤਾਂ ਕੁਛ ਕੀਤਾ ਵੀ ਨਹੀਂ ਯਾਰ, ਰੱਬ ਕੋ ਡਰ ਮੇਰੇ ਕੋ ਕਦੋਂ ਡਰ ਰਹੇ ਯਾਰ, ਇਕੱਠਾ ਕਰ ਲੈ, ਹਾਂ ਇਹ ਤਾਂ ਸਹੀ ਹੈ ਯਾਰ, ਅੰਸ਼ੂ ਕਿਆ ਡਾਈਟਿੰਗ ਹੈ ਯਾਰ, ਮੈਗੀ ਮਸਾਲਾ ਫੋਰ ਟੇਸਟ ਸਹੀ ਹੈ, ਪਰ ਇਹ ਮੈਨੂੰ ਨਾ ਦਈਓ ਭਾਈ, ਮੇਰੇ ਕੋ ਨਹੀਂ ਖਾਦਾ ਜਾਣਾ, ਹੁਣ ਬੰਦਾ ਪਿਓ ਖਾਣਾ ਬਣਾਉਣਾ, ਭਰਾਵਾ ਤਿੰਨ ਨਾ ਮੰਮੀ ਦੇ ਦਾਂਗਾ, ਤਾਂ ਮੰਮੀ ਦੇ ਦੀ, ਬਹੁਤ ਟੇਸਟੀ ਲੱਗ ਰਿਹਾ ਗਾਈਸ, ਭਾਈ ਤੁਸੀਂ ਮੇਰਾ ਉਹੀ ਪੀਨਟ ਬਟਰ ਵਾਲਾ ਬਣਾ ਦਿਓ, ਵਿੱਚ ਬਨਾਨਾ, ਸੋ ਗਾਈਸ ਦੇਖੋ, ਇਹ ਮੁਕੇਸ਼ ਭਾਈ ਨਾ, ਮੈਂ ਹਮੇਸ਼ਾ ਬਲੋਚ ਕਰਨਾ ਆਇਆ, ਮੁਕੇਸ਼ ਭਾਈ ਬੈਸਟ ਹੈ, ਦੇਖੋ ਸਾਡੇ ਘਰ ਜਾਣਾ ਕੋਈ ਕੋਈ ਕੰਮ ਕਰਦਾ, ਹਰ ਕੋਈ ਨਹੀਂ ਕਰ ਸਕਦਾ, ਦੇਖੋ ਜੀ ਬੈ ਬ੍ਰੈਡ ਖਾਣੇ ਇਹ ਵਾਲੇ ਭਈਆ, ਪੀਨਟ ਬਟਰ ਦੇ ਬ੍ਰੈਡ ਖਾਣੇ, ਯਾਦ ਵੀ ਰੋਟੀ ਖਾਣੀ ਹੈ, ਮੰਮੀ ਨੂੰ ਚੀਲਾ ਖਾਣਾ, ਮੰਮੀ ਨੂੰ ਚੀਲਾ ਖਾਣਾ, ਦੀਦੀ ਜਿਹੜੀ ਉਹਨਾਂ ਨੇ ਕੌਫੀ ਬਣਾਉਣੀ ਹੈ, ਮਤਲਬ ਇੱਕ ਟਾਈਮ ਤੇ ਕਿੰਨੇ ਕੰਮ ਹੈ, ਪਰ ਇਹ ਬੰਦਾ ਨਹੀਂ ਚੱਲਦਾ, ਸਾਰੇ ਕੰਮ ਕਰਦੇ ਮੁਕੇਸ਼ ਭਾਈ, ਆ ਤਾਂ ਦੇਖੋ ਸੋਨਾ ਦੀ ਕੌਫੀ ਬਣਦੀ ਵੀ ਹੈ, ਬਾਕੀ ਸਾਰਾ ਲਵ ਯੂ ਭਾਈ ਯਾਰ, ਐਟ ਦਾ ਐਂਡ ਲਵ ਯੂ ਹੀ ਹੈ ਭਾਈ ਤੁਹਾਨੂੰ, ਤੇ ਅਜੇ ਵਿਸ਼ੂ ਐਜ਼ ਆਲਵੇਜ਼ ਵਿਹਲਾ ਬੈਠਾ ਹੋਇਆ ਵਾ, ਕੋਈ ਕੰਮ ਨਹੀਂ ਹੈਗਾ, ਦੁਨੀਆ ਤੇ ਕਰਨ ਕੀ ਆਇਆ ਗਾਈਸ, ਹੁਣ ਫਿਲਹਾਲ ਜਦੋਂ ਪੀਨਟ ਬਟਰ ਵਗੈਰਾ ਸਭ ਕੁਝ ਤਿਆਰ ਹੋ ਗਿਆ ਹੁੰਦਾ, ਛੋਟੇ ਘਰ ਹੈਲੋ, ਤੇ ਇੱਥੇ ਖਲਾਰਾ ਪਿਆ ਹੋਇਆ ਬਹੁਤ ਜ਼ਿਆਦਾ, ਐਕਚੁਅਲੀ ਗਾਇਜ਼ ਇੱਥੇ ਤਾਣੀ ਆਉਂਦੇ ਪਏ ਸੀਗੇ, ਬਿਕੋਜ਼ ਇੱਥੇ ਮੋਟਰ ਨਹੀਂ ਸੀਗੀ, ਠੀਕ ਹੈ ਜੀ, ਮੋਟਰ ਠੀਕ ਹੋ ਗਈ ਹੈ, ਓਕੇ ਰਿਪੋਰਟ ਹੈ, ਮਤਲਬ ਅੱਜ ਆਪਾਂ ਇੱਥੇ ਰਵਾਂਗੇ ਜਾਂ ਕੱਲ ਰਵਾਂਗੇ, ਨਹੀਂ ਕਰ ਪਾਏਗਾ ਯਾਰ, ਸ਼ੰਕਰ ਦੀ ਬਰਥਡੇ ਪਾਰਟੀ ਤੇ, ਸ਼ੰਕਰ ਦਾ ਬਰਥਡੇ ਸੀਗਾ ਕੱਲ, ਬਟ ਐਕਚੁਅਲੀ ਖਾਣਾ ਪੀਣਾ ਅੱਜ ਹੈ, ਕਿਉਂਕਿ ਯਾਰ ਮੇਰੇ ਵੀਡੀਓ
ਕਿਉਂਕਿ ਕੱਲ ਉਹ ਲੁਧਿਆਣੇ ਸੀਗਾ ਤੇ ਹੁਣ ਉਹ ਆ ਚੁੱਕਾ ਵਾ ਘਰ, ਹੁਣ ਆਪਾਂ ਚੱਲੇ ਉਹਦੇ ਬਰਥਡੇ ਪਾਰਟੀ ਤੇ। ਬਾਕੀ ਯਾਰ ਵਰੁਣ ਉਹਨਾਂ ਦੇ ਘਰ ਵੀ ਕਵਾਲੀਆਂ ਹੈਗੀਆਂ ਵਾ, ਉੱਥੇ ਵੀ ਮਾੜਾ ਜਾ ਕੇ ਹਾਜ਼ਰੀ ਭਰ ਕੇ ਨਾਲੇ ਆਪਾਂ ਵਾਪਸ ਆ ਜਾਣਾ ਵਾ। ਸੋ ਹੁਣ ਆਪਾਂ ਤਿਆਰ ਪਰ ਤਿਆਰ ਆ ਚੁੱਕੇ ਹਾਂ, ਘਰ ਵੀ ਇਧਰਲਾ ਪ੍ਰੋਪਰ ਰੈਡੀ ਹੋ ਚੁੱਕਾ। ਅੰਜੂ ਹੁਣ ਦੱਸ ਕੀ ਕਰੀਏ ਯਾਰ? ਜੋ ਤੁਸੀਂ ਕਹਿੰਦੇ ਪਏ ਹੋਣੇ ਕਿ ਮੈਂ ਉੱਧਰ ਚੱਲੋ ਉੱਧਰ ਚੱਲੋ ਉੱਧਰ ਜਾਊਂਗਾ। ਤੂੰ ਨਾਲ ਜਾਏਂਗਾ? ਮੈਂ ਨਹੀਂ ਚੱਲਣਾ। ਕਿਉਂ? ਬਾਕੀ ਕੌਣ ਬਣੇਗਾ ਰੋਡਪਤੀ ਆ ਲੱਗਾ ਗਾਈ, ਕੌਣ ਬਣੇਗਾ ਰੋਡਪਤੀ ਤੈਨੂੰ ਪਤਾ ਕੌਣ ਹੈ? ਤੂੰ ਹੈ ਯਾਰ, ਤੈਨੂੰ ਨਹੀਂ ਪਤਾ। ਆਪਾਂ ਕੁਛ ਨਵਾਂ ਸੋਚਿਆ ਵਾ, ਮਤਲਬ ਮੰਮੀ ਨੇ ਤੇ ਅੰਚੂ ਨੇ ਰਲ ਕੇ ਸੋਚਿਆ ਤੇ ਉਹਦੇ ਵਿੱਚ ਆਪਾਂ ਐਕਟ ਪਲੇ ਕਰਨੀ ਆ ਤਾਂ ਬਹੁਤ ਜ਼ਿਆਦਾ ਘੈਂਟ ਤੇ ਵਧੀਆ ਹੋਏਗਾ, ਹਾਸੇ ਵਾਲਾ ਹੋਏਗਾ। ਸੋ ਉਹਦੇ ਵਿੱਚ ਆਏਗਾ ਅਮਿਤਾਭ ਬੱਚਨ। ਹਾਈ ਸੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵੀਡੀਓ ਲੱਗੀ ਹੋਏਗੀ ਵਧੀਆ। ਜੇ ਵਧੀਆ ਲੱਗੇ ਡੂ ਲਾਈਕ, ਮੈਂ ਸ਼ੇਅਰ ਮਿਲਦਾ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ। ਬਾਏ ਬਾਏ, ਟੇਕ ਕੇ ਲਵ ਯੂ। ਲੋਗ ਨਏ ਹੋ ਤੋ ਸਬਸਕ੍ਰਾਈਬ ਕਰੋ, ਉਹ ਜੋ ਲਾਲ ਵਾਲਾ ਬਟਨ ਹੈ ਉਸ ਪੇ ਫੂਟ ਫੇਕ ਕੇ ਮਾਰੋ ਜਾਂ ਫਿਰ ਮੋਮਬੱਤੀ, ਮੁਝੇ ਨਹੀਂ ਪਤਾ, ਬਸ ਕਲਿੱਕ ਹੋ ਜਾਣਾ ਚਾਹੀਏ। ਅਬ ਮੈਂ ਵੀ ਜਾ ਰਹਾ ਹੂੰ, ਮੁਝੇ ਪੈਸੋਂ ਕੇ ਪੀਛੇ ਭਾਗਨਾ ਹੈ। ਬਾਏ।